ਲੋਕ ਕਿਉਂ ਹੋਏ ਇੱਥੋਂ ਤੱਕ ਮਜਬੂਰ ਕਿ ਅਸੀਂ ਝੰਡੇ ਵੀ ਦਿਖਾਵਾਂਗੇ ਤੇ ਜੇ ਲੋੜ ਪਈ ਤੇ ਗੱਡੀਆਂ ਵੀ ਭਜਾਵਾਂਗੇ। ਮੈਨੂੰ ਹੰਸਰਾਜ ਹੰਸ ਨੂੰ ਕਾਲੇ ਝੰਡੇ ਦਿਖਾਉਣ ਦਾ ਥੋੜਾ ਅਫਸੋਸ ਵੀ ਹੁੰਦਾ। ਪਤਾ ਨਹੀਂ ਕਿਹੜੀ ਗੱਡੀ ਤੇ ਚੜ ਜਾਂਦੇ ਬੰਦੇ, ਜੇ ਤੁਸੀਂ ਹੰਸਿਆਂ ਤੇ ਕਾਵਾਂ ਦੀ ਨਾਲ ਵਿੱਚ ਕਾਹਨੂੰ ਜਾਂਦੇ ਆ? ਜੇ ਤੁਸੀਂ ਕਾਵਾਂ 'ਚ ਜਾਓਗੇ ਤੇ ਫਿਰ ਕਾਵਾਂ ਰੌਲੀ ਵੀ ਸੁਣਨੀ ਪਊ। ਤੇ ਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ MP MLA ਬਣੇ ਆ, ਉਹ ਵੀ ਖਿਸਕੇ ਆ ਰਵਨੀਤ ਸਿੰਘ ਬਿੱਟੂ ਵਰਗੇ। ਇਸ ਕਰਕੇ ਕਿਸੇ ਲੀਡਰ ਦਾ ਪਤਾ ਨਹੀਂ ਲੱਗਦਾ ਕਿ ਅਫਵਾਹ ਹੈ ਕਿ ਸੱਚਾਈ ਹੈ, ਸਵੇਰੇ ਕਿਤੇ ਆ ਸ਼ਾਮ ਨੂੰ ਕਿਤੇ। ਜਦੋਂ ਇਲੈਕਸ਼ਨਾਂ ਹੋਣਗੀਆਂ 2 ਮਹੀਨੇ ਪਹਿਲਾਂ ਮੰਡੀ ਭਾਗ ਜਾ ਕਰੂਗੀ, ਜਿਸ ਤਰ੍ਹਾਂ ਡੰਗਰਾਂ ਦੀ ਮੰਡੀ, ਊਠਾਂ ਦੀ ਮੰਡੀ, ਖੋਤਿਆਂ ਦੀ ਮੰਡੀ, ਉਸ ਕਿਸਮ ਦਾ ਇਹਨਾਂ ਦਾ ਸਾਰਾ ਹੋ ਜਾਊਗਾ। ਹੁਣ ਤਾਂ ਇਹ ਨਹੀਂ ਪਤਾ ਲੱਗਦਾ ਵੀ ਰਾਤ ਨੂੰ ਜਿਹੜਾ ਸੁੱਤਾ ਬੰਦਾ ਅਕਾਲੀ ਦਲ 'ਚ ਆ, ਵੀ ਸਵੇਰੇ ਚਿੱਟੀ ਬੱਧੀ ਹੋਈ ਆ, ਕਾਂਗਰਸ 'ਚ ਚਲਾ ਗਿਆ ਤੇ ਸ਼ਾਮ ਨੂੰ ਚਲਾ ਗਿਆ ਝਾੜੂ ਫੜ ਲਿਆ ਜਾ ਕੇ। ਮਹਾਰਾਣੀ ਪਰਨੀਤ ਕੌਰ ਸਾਰੀ ਉਮਰ ਇੱਥੇ ਕੱਟ ਕੇ ਚੀਫ ਮਿਨਿਸਟਰ ਰਹਿ ਕੇ 2 ਵਾਰੀ ਚੀਫ ਮਿਨਿਸਟਰ, ਕੁਛ ਤੁਹਾਡੇ ਮਨ 'ਚ ਨਹੀਂ ਆਉਂਦਾ ਕੀ ਹਲਕਾ ਕੁੱਦਿਆ ਸੱਤਾ ਦਾ ਕਿ ਉਹਦੇ ਬਗੈਰ ਤੁਹਾਨੂੰ ਨਸ਼ਾ ਚੜ੍ਹਦਾ ਜਿੰਨਾ, ਉਹਦੇ ਬਗੈਰ ਤੁਹਾਨੂੰ ਨਸ਼ਾ ਹੀ ਨਹੀਂ ਆਉਂਦਾ ਕਿਸੇ ਚੀਜ਼ ਦਾ? ਕਿਹੜੀ ਗੱਡੀ ਵੜਨੀ ਆ ਉਸੇ ਵੇਲੇ ਫੈਸਲਾ ਕਰ ਲੈਂਦੇ, ਪਾਰਟੀ ਪੂਰਟੀ ਗਈ ਖੂਹ 'ਚ ਸਾਰਿਆਂ ਦੀ। ਇਹੋ ਜਿਹੀ ਮਿਆਰ ਖੜੇ ਕਰ ਦਿੱਤੇ, ਇਹੋ ਜਿਹੀ ਦੁਬਿਧਾ ਖੜੀ ਕਰਤੀ ਆ, ਤੇ ਹੁਣ ਉਹ ਖੁਦ ਉਸ ਸਿਧਾਂਤ ਤੋਂ ਲੀਡਰ ਮਰ ਰਹੇ ਆ ਤੇ ਛੱਡ ਛੱਡ ਕੇ ਭੱਜ ਰਹੇ। ਤੇ ਸੱਤਾ 'ਚ ਆਮ ਆਦਮੀ ਪਾਰਟੀ ਹੈ, ਜਦੋਂ ਤਾਂ ਪੱਟੇ ਬਗਾਨੇ ਆਪਦੇ ਵੱਲ ਲੈ ਕੇ ਆਏ, ਉਦੋਂ ਤਾਂ ਕਹਿੰਦੇ ਕਿ ਉਹਨਾਂ ਨੂੰ ਉੱਧਰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਅਸੀਂ ਦੇਵਾਂਗੇ, ਸੱਚੇ ਸਿਪਾਹੀ ਨੇ। ਹੁਣ ਜਦੋਂ ਉਹਨਾਂ ਵਾਲੇ ਪੱਟ ਕੇ ਕੋਈ ਹੋਰ ਲੈ ਕੇ ਜਾ ਰਿਹਾ, ਕਹਿੰਦੇ ਇਹ ਗਦਾਰ ਨੇ। ਇਹ ਆਮ ਆਦਮੀ ਪਾਰਟੀ ਤਾਂ ਹੈ ਹੀ ਪੱਟੂ ਪਾਰਟੀ ਆ, ਸਭ ਤੋਂ ਵੱਧ ਇਹਨਾਂ ਦੀ ਇਹ ਮੰਡੀਆਂ 'ਚ ਗੇੜਾ ਮਾਰਦੇ। ਕੋਈ ਹੁਣ ਕੋਈ ਗਵਾਈਆ ਲੱਭ ਲਓ, ਕੋਈ ਸੈਲੀਬ੍ਰਿਟੀ ਲੱਭ ਲਓ, ਜਾਂ ਕੋਈ ਤੁਸੀਂ ਇਸ ਤਰ੍ਹਾਂ ਕੋਈ ਪੈਸੇ ਵਾਲਾ ਹੀ ਲੱਭ ਲਓ, ਜਿਵੇਂ ਰਾਜ ਸਭਾ ਦੇ ਮੈਂਬਰ ਬਣਾਏ ਆ। ਇਹ ਪਾਰਟੀ ਦੀ ਬੁਨਿਆਦ ਲੋਇਲਟੀ ਕੰਟੀਨਿਊਟੀ ਉਹ ਕੁਛ ਹੈ ਹੀ ਨਹੀਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ, ਹਰ ਕੋਈ ਦਾਅਵਾ ਕਰਦਾ ਕਿ 13 ਦੀਆਂ 13 ਅਸੀਂ ਜਿੱਤਣੀਆਂ। ਇਸ ਹਿਸਾਬ ਦੇ ਨਾਲ ਜੇਕਰ ਚੌਤਰਫਾ ਮੁਕਾਬਲਾ ਦੇਖਣਾ ਹੋਵੇ ਤਾਂ 52 ਸੀਟਾਂ ਬਣ ਜਾਂਦੀਆਂ, ਪਰ ਆਪਣੇ ਆਪਣੇ ਹਿਸਾਬ ਦੇ ਨਾਲ ਜੋੜ ਤੋੜ ਜਿੱਥੇ ਲੱਗ ਰਿਹਾ, ਪਰ ਉੱਥੇ ਜਿਹੜੇ ਸਿਆਸੀ ਮਾਹਰ ਨੇ, ਵਿਸ਼ਲੇਸ਼ਕ ਨੇ, ਉਹ ਕੀ ਸੋਚਦੇ ਸਮਝਦੇ ਆ, ਜਿਸ ਤਰ੍ਹਾਂ ਦੀ ਸਿਆਸਤ ਪੰਜਾਬ ਦੇ ਅੰਦਰ ਹੋ ਰਹੀ ਹੈ, ਏਜੰਡੇ ਦੇ ਉੱਤੇ ਕੀ ਹੈ, ਕਿ ਲੋਕ ਏਜੰਡੇ ਉੱਤੇ ਕਿਸੇ ਪਾਰਟੀ 'ਤੇ ਨੇ ਜਾਂ ਨਹੀਂ, ਇਸ ਦੀ ਵੀ ਗੱਲ ਕਰਾਂਗੇ। ਔਰ ਖਾਸ ਕਰਕੇ ਭਾਜਪਾ ਉਮੀਦਵਾਰਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਅੰਦਰ, ਖਾਸ ਕਰਕੇ ਹੰਸਰਾਜ ਹੰਸ ਦਾ ਤਾਂ ਦੂਜੀ ਵਾਰੀ ਵਿਰੋਧ ਹੋਇਆ, ਗੱਡੀਆਂ ਭਜਦੀਆਂ ਦਿਖਾਈ ਦਿੱਤੀਆਂ। ਹੋਰ ਕਿਹੜੇ ਕਿਹੜੇ ਉਮੀਦਵਾਰ ਨੇ ਜਿਹੜੇ ਨਿਸ਼ਾਨੇ 'ਤੇ ਰਹਿਣ ਵਾਲੇ ਨੇ, ਖਾਸ ਕਰਕੇ ਦਲ ਬਦਲੀਆਂ ਵਾਲੇ, ਇਹ ਸਾਰੀ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ, ਉਹਨਾਂ ਨਾਲ ਅਸੀਂ ਕਰਦੇ ਹਾਂ ਗੱਲਬਾਤ। ਪ੍ਰੋਫੈਸਰ ਸਾਹਿਬ, ਤੁਸੀਂ ਹਮੇਸ਼ਾ ਚਾਹੇ ਕੋਈ ਸਿਆਸਤ ਦੇ ਅੰਦਰ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ, ਜਿੱਥੇ ਕੋਈ ਗਲਤ ਹੈ ਗਲਤ ਕਹਿੰਦੇ ਹੋ, ਸਹੀ ਨੂੰ ਸਹੀ ਕਹਿੰਦੇ ਹੋ, ਪਰ ਪਿਛਲੇ ਦਿਨਾਂ 'ਚ ਜਿਹੜੀਆਂ ਗਤੀਵਿਧੀਆਂ ਹੋਈਆਂ, ਖਾਸ ਕਰਕੇ ਮੈਂ ਸ਼ੁਰੂਆਤ ਕਰਾਂ ਭਾਜਪਾ ਦੇ ਉਮੀਦਵਾਰਾਂ ਦੇ ਵਿਰੋਧ ਦੀ, ਪਹਿਲੀ ਨਜ਼ਰੇ ਤੁਸੀਂ ਕੀ ਸਮਝਦੇ ਹੋ, ਕਿਵੇਂ ਸੋਚਦੇ ਹੋ ਕਿ ਲੋਕ ਕਿਉਂ ਹੋਏ ਇੱਥੋਂ ਤੱਕ ਮਜਬੂਰ ਕਿ ਅਸੀਂ ਝੰਡੇ ਵੀ ਦਿਖਾਵਾਂਗੇ ਅਤੇ ਜੇ ਲੋੜ ਪਈ ਤਾਂ ਗੱਡੀਆਂ ਵੀ ਭਜਾਵਾਂਗੇ? ਨਾ, ਇਹਦੀ ਜੜ ਤਾਂ ਹੈਗੀ 2020 'ਚ ਹੀ, ਜਦੋਂ ਦਿੱਲੀ ਦਾ ਮੋਰਚਾ ਲੱਗਿਆ, ਜਦੋਂ 21 'ਚ ਵਾਪਸ ਆਏ ਅਤੇ ਉਹਨਾਂ ਨੇ ਉਦੋਂ ਵੀ ਇਸ ਗੱਲ ਦਾ ਪ੍ਰਣ ਤਾਂ ਕੀਤਾ ਸੀ ਕਿ ਜੇ ਸਾਡੀ ਕੋਈ ਦੁਸ਼ਮਣ ਜਮਾਤ ਹੈਗੀ ਆ, ਰਾਜਨੀਤਿਕ ਜਮਾਤ, ਤਾਂ ਉਹ BJP ਹੈ। ਹੁਣ ਵੀ ਉਹਨਾਂ ਨੇ ਫੈਸਲਾ SKM ਨੇ ਇਹੋ ਹੀ ਕੀਤਾ ਆ ਕਿ ਵੀ ਭਾਜਪਾ ਨੂੰ ਅਸੀਂ ਵੋਟ ਨਹੀਂ ਪਾਉਣੀ। ਮੈਨੂੰ ਇਹ ਯਾਦ ਹੈ ਜਦੋਂ ਕਲਕੱਤੇ ਦੀ ਵੋਟ ਸਟੇਟ ਅਸੈਂਬਲੀ ਦੀ ਹੋਈ ਸੀ, ਪੱਛਮੀ ਬੰਗਾਲ ਦੀ, ਰਾਜੇਵਾਲ ਹੋਰ ਅਸੀਂ ਸਟੇਜਾਂ ਤੇ ਗਏ ਸੀ, ਬੋਲਣ ਗਏ ਸੀਗੇ ਕਿ ਇੱਕੋ ਗੱਲ ਕਹਿਣ ਕਿ BJP ਹਰਾਓ, ਦੇਸ਼ ਬਚਾਓ। ਇਸ ਕਿਸਮ ਦਾ ਜਦੋਂ ਦੇਸ਼ ਦੇ ਅੰਦਰ ਮਾਹੌਲ ਕਿਸਾਨਾਂ ਨੇ ਪੈਦਾ ਕੀਤਾ ਹੋਵੇ ਤਾਂ ਕੁਦਰਤੀ ਹੈ ਕਿ ਉਸਦਾ ਅਸਰ, ਕਿਉਂਕਿ ਜਾੜੀ ਉਸ ਸਾਰੀ ਕਿਸਾਨ ਮੂਵਮੈਂਟ ਦੀ ਪੰਜਾਬ ਦੇ ਵਿੱਚ ਹੈ ਅਤੇ ਪੰਜਾਬ ਦੀਆਂ ਚੋਣਾਂ 'ਤੇ ਅਸਰ ਪੈਣਾ ਸੀ। ਵਿੱਚ ਸਾਨੂੰ ਲੱਗਦਾ ਸੀਗਾ ਕਿ ਜਦੋਂ
SKM ਨੋਨ ਪੋਲੀਟੀਕਲ ਗੈਰ ਸਿਆਸੀ ਵਾਲੇ ਜਿਹੜੇ ਆ ਪੰਧੇਰ ਹੋਣੀ ਜਾਂ ਡੱਲੇਵਾਲ ਹੋਣੀ ਜੇ ਅਲੱਗ ਹੋ ਕੇ ਚੱਲ ਰਹੇ ਆ ਕਿ ਕੋਈ ਇਹਦੇ 'ਚ ਰਾਜਨੀਤੀ ਨਾ ਹੋਵੇ, ਪਰ ਦੇਖਣ ਨੂੰ ਇਹ ਮਿਲਿਆ ਕਿ ਠੀਕ ਆ ਪੀਪਲ ਕੋਈ ਅੱਗੇ ਕੋਈ ਪਿੱਛੇ, ਪਰ ਜਿੱਥੇ ਤੱਕ ਜਦੋਂ BJP ਦੀ ਗੱਲ ਆਉਂਦੀ ਆ ਤਾਂ ਮੈਨੂੰ ਤਾਂ ਲੱਗਦਾ ਕਿ ਉਹਨਾਂ ਦਾ ਆਪਸ ਵਿੱਚ ਵੀ ਕੰਪੀਟੀਸ਼ਨ ਆ ਕਿ ਸਭ ਤੋਂ ਵੱਧ ਵੱਡੇ ਵੱਡੇ ਅਤੇ ਉੱਚੇ ਉੱਚੇ ਕਾਲੇ ਝੰਡੇ ਪਹਿਲਾਂ ਕੌਣ ਦਿਖਾਉਂਦਾ, ਇਹ ਕੰਮ ਸਾਂਝਾ ਹੈਗਾ। ਇੱਕ ਤੁਸੀਂ ਆਪ ਇਕੱਲਾ ਹੰਸਰਾਜ ਹੰਸ ਦਾ ਨਹੀਂ ਹੈ, ਮੈਨੂੰ ਹੰਸਰਾਜ ਹੰਸ ਨੂੰ ਕਾਲੇ ਝੰਡੇ ਦਿਖਾਉਣ ਦਾ ਥੋੜ੍ਹਾ ਅਫਸੋਸ ਵੀ ਹੁੰਦਾ, ਕਿਉਂਕਿ ਉਹ ਇਹੋ ਜਿਹਾ ਬੰਦਾ ਨਹੀਂ ਹੈ। ਉਹ ਪਤਾ ਨਹੀਂ ਕਿਹੜੀ ਗੱਡੀ 'ਤੇ ਚੜ੍ਹ ਜਾਂਦੇ ਬੰਦੇ ਵੀ, ਜੇ ਤੁਸੀਂ ਹੰਸਿਆਂ ਅਤੇ ਕਾਵਾਂ ਦੀ ਨਾਲ ਵਿੱਚ ਕਾਹਨੂੰ ਜਾਂਦੇ ਆ, ਜੇ ਤੁਸੀਂ ਕਾਵਾਂ 'ਚ ਜਾਓਗੇ ਤਾਂ ਫਿਰ ਕਾਵਾਂ ਰੌਲੀ ਵੀ ਸੁਣਨੀ ਪਊ। ਉਸ ਕਿਸਮ ਦਾ ਉਹ ਬੰਦੇ ਦੇਖੋ ਸੂਫੀਆਂ ਨਾਲ ਗਾਉਂਦਾ, ਵਧੀਆ ਗਾਉਂਦਾ, ਹੋਰ ਵੀ ਕਈ ਬੰਦੇ ਚੰਗੇ ਹੋਣਗੇ, ਉਹਨਾਂ ਨੂੰ ਨੰਬਰ 1 ਤੇ ਪੋਲੀਟਿਕਸ 'ਚ ਜਾਣਾ ਨਹੀਂ ਚਾਹੀਦਾ। ਜੇ ਜਾਣਾ ਹੈ ਤਾਂ ਥੋੜ੍ਹੀ ਜਿਹੀ ਸਾਫ਼ ਸੁਥਰੀ, ਵੈਸੇ ਪੋਲੀਟਿਕਸ ਜਦੋਂ ਕਹਿਤਾ ਸਾਫ਼ ਸੁਥਰੀ ਦਾ ਤਾਂ ਮਤਲਬ ਕੋਈ ਹੁੰਦਾ ਨਹੀਂ। ਅੱਜ ਦੀ ਘੜੀ 'ਚ ਕਿਹੜਾ ਤੁਹਾਨੂੰ ਦੇਖਦਾ, ਮੈਨੂੰ ਦੱਸੋ ਕਿਹੜਾ ਕੋਈ ਦਾਅਵੇ ਨਾ ਕਵੇ। ਆ ਹੁਣੇ ਹੀ ਖਬਰ ਮੈਂ ਤੁਹਾਡੇ ਇੱਥੇ ਬੋਲਣ ਤੋਂ ਪਹਿਲਾਂ ਆ ਰਹੀ ਹੈ ਕਿ ਟੀਨੂ ਕਿਤੇ ਸੱਜੇ ਖੱਬੇ ਹੋ ਰਿਹਾ ਆ, ਟੀਨੂ ਸ਼ਾਇਦ ਇਹ ਉਹਨੂੰ ਜਲੰਧਰ ਦੀ ਅਕਾਲੀ ਦਲ ਵੱਲੋਂ ਨਾ ਹੋ ਗਈ ਹੁਣੀ ਟਿਕਟ ਮਿਲਣ ਦੀ, ਅਤੇ ਇਹੋ ਜਿਹੀਆਂ ਪੂਰੀਆਂ ਅਫਵਾਹਾਂ ਪੂਰੇ ਜ਼ੋਰਾਂ ਦੇ ਆ ਕਿ ਸ਼ਾਮ ਤੱਕ ਹੀ ਹੋਰ 1-2 ਘੰਟਿਆਂ 'ਚ ਉਹ ਆਪ ਦਾ ਝਾੜੂ ਫੜ ਕੇ ਅਤੇ ਜਲੰਧਰੋਂ ਖੜਾ ਹੋ ਸਕਦਾ। ਅੱਜ ਕੱਲ੍ਹ ਵੈਸੇ ਧਾਰਨਾ ਇਹ ਵੀ ਬਣ ਗਈ ਹੈ ਨਾ ਕਿਸੇ ਵੀ ਲੀਡਰ ਦੇ ਪ੍ਰਤੀ, ਉਹ ਕਿਸੇ ਪਾਰਟੀ ਦਾ ਹੋਵੇ, ਕਿਉਂਕਿ ਵੱਡੇ ਵੱਡੇ ਥੰਮ ਹਿਲ ਹਿਲ ਕੇ ਜਿਨ੍ਹਾਂ ਦੇ ਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ MP MLA ਬਣੇ ਆ, ਉਹ ਵੀ ਖਿਸਕੇ ਆ ਰਵਨੀਤ ਸਿੰਘ ਬਿੱਟੂ ਵਰਗੇ। ਇਸ ਕਰਕੇ ਕਿਸੇ ਲੀਡਰ ਦਾ ਪਤਾ ਨਹੀਂ ਲੱਗਦਾ ਕਿ ਅਫਵਾਹ ਕਿ ਸੱਚਾਈ ਹੈ, ਸਵੇਰੇ ਕਿਤੇ ਆ ਸ਼ਾਮ ਨੂੰ ਕਿਤੇ। ਨਹੀਂ, ਇਹ ਤਾਂ ਇੱਕ ਕਿਹੋ ਜਿਹੀ ਪੋਲੀਟਿਕਸ ਆ ਰਹੀ ਹੈ, ਇਹਦਾ ਮਤਲਬ ਪਾਰਟੀਆਂ ਦਾ ਤਾਂ ਕੋਈ ਮਤਲਬ ਨਹੀਂ ਭਈ। ਜਦੋਂ ਇਲੈਕਸ਼ਨਾਂ ਹੋਣਗੀਆਂ 2 ਮਹੀਨੇ ਪਹਿਲਾਂ ਮੰਡੀ ਭਾਗ ਜਾ ਕਰੂਗੀ, ਜਿਸ ਤਰ੍ਹਾਂ ਡੰਗਰਾਂ ਦੀ ਮੰਡੀ, ਊਠਾਂ ਦੀ ਮੰਡੀ, ਖੋਤਿਆਂ ਦੀ ਮੰਡੀ ਇੰਝ ਲੱਗਦੀ ਹੈ, ਆਪਾਂ ਦੇਖਦੇ ਹਾਂ ਨਾ। ਉਹਦੇ ਵਿੱਚ ਕੀ ਹੁੰਦਾ, ਉਹ ਬੰਦੇ ਜਾਂਦੇ ਆ ਦੇਖਦੇ ਵੀ ਇਹਦਾ ਕੀ ਭਾਅ ਆ, ਮੱਝ ਦਾ ਕੀ ਭਾਅ ਆ, ਇਹਦਾ ਦੁੱਧ ਕੀ ਆ, ਕੱਟੂ ਹੈ ਕਿ ਨਹੀਂ ਹੈ, ਉਸ ਕਿਸਮ ਦਾ ਇਹਨਾਂ ਦਾ ਸਾਰਾ ਹੋ ਜਾਊਗਾ ਓਪਨ। ਮਤਲਬ ਰਵਨੀਤ ਬਿੱਟੂ ਇੱਕ ਟਿੱਪੀ ਕਹਿ ਲਿਆ ਕਿ 3 ਵਾਰੀ MP ਰਹਿ ਕੇ ਅਤੇ ਸਾਰਾ ਪਰਿਵਾਰ ਵੱਡੀ ਲੱਗੇ ਸੀ, ਜਿਹੜਾ ਉਹਦਾ ਦਾਦਾ ਆ ਉਹ ਮਾਰਿਆ ਗਿਆ ਹੋਵੇ ਐਜ ਚੀਫ ਮਿਨਿਸਟਰ, ਅਤੇ ਉਹਨੂੰ ਇਹ ਸ਼ਹੀਦ ਕਰਾਰ ਦੇ ਕੇ ਉਹਦੀ ਲਗੇਸੀ ਦਾ ਇੰਨਾ ਆਨੰਦ ਮਾਣ ਕੇ, ਅਤੇ ਫਿਰ ਤੁਸੀਂ ਕਿੱਥੇ ਦੇ ਕਿੱਥੇ ਆ। ਇਸ ਲਈ ਇਹ ਜਦੋਂ ਇਹੋ ਜਿਹੇ ਕੇਸ ਤੁਸੀਂ ਦੇਖਦੇ ਹੋ, ਮਹਾਰਾਣੀ ਪਰਨੀਤ ਕੌਰ ਜਾਂ ਮਹਾਰਾਜ, ਮਤਲਬ ਤੁਸੀਂ BJP 'ਚ ਚਲੇ ਜਾਂਦੇ ਆ, ਸਾਰੀ ਉਮਰ ਇੱਥੇ ਕੱਟ ਕੇ ਚੀਫ ਮਿਨਿਸਟਰ ਰਹਿ ਕੇ 2 ਵਾਰੀ ਚੀਫ ਮਿਨਿਸਟਰ, ਕੁਛ ਤੁਹਾਡੇ ਮਨ 'ਚ ਨਹੀਂ ਆਉਂਦਾ ਕੀ ਹਲਕਾ ਕੁੱਦਿਆ ਸੱਤਾ ਦਾ ਕਿ ਉਹਦੇ ਬਗੈਰ ਤੁਹਾਨੂੰ ਨਸ਼ਾ ਚੜ੍ਹਦਾ ਜਿੰਨਾ, ਉਹਦੇ ਬਗੈਰ ਤੁਹਾਨੂੰ ਨਸ਼ਾ ਹੀ ਨਹੀਂ ਆਉਂਦਾ ਕਿਸੇ ਚੀਜ਼ ਦਾ। ਇਹ ਜਿਹੜਾ ਇਹ ਰਾਜਨੀਤੀ ਇਸ ਕਿਸਮ ਦੀ ਹੋ ਗਈ ਆ ਨਾ ਕਿ ਮੰਡੀ 'ਚ ਭਾਅ ਪਵਾਉਣੇ, ਅਤੇ ਜਿਹਦਾ ਜਿਹਨੂੰ ਜਿਸ ਤਰੀਕੇ ਨਾਲ, ਜਿਸ ਤਰ੍ਹਾਂ ਤੁਸੀਂ ਦਿੱਲੀ ਜਾਣਾ, ਤੁਸੀਂ ਇਹ ਦੇਖੋਗੇ ਕਿ AC 'ਚ ਜਾਣਾ, ਜਹਾਜ਼ 'ਚ ਜਾਣਾ, ਖਟਖਟ ਕਰਦੀ ਖਟਾਰਾ ਗੱਡੀ 'ਚ ਜਾਣਾ, ਜਾਂ ਕਾਰ 'ਚ ਜਾਣਾ, ਜਾਂ ਪੈਦਲ ਜਾਣਾ, ਜਿਵੇਂ ਉਦੋਂ ਮਜ਼ਦੂਰ ਗਏ ਸੀ ਉਹ ਪੈਦਲ ਵੀ ਗਏ ਸੀ, ਤੁਹਾਨੂੰ ਪਤਾ ਕਰੋਨਾ ਦਿਨਾਂ ਦੇ ਕਾਰਜ ਪੈਰਾਂ 'ਚ ਲਹੂ ਵਗਦਾ ਸੀ। ਇਹ ਫੈਸਲਾ ਇਹਨਾਂ ਨੇ ਕਰਨਾ ਕਿ ਸਾਡੇ ਲੀਡਰਾਂ ਨੇ ਕਰਨਾ, ਇਹ ਹੁਣ ਹੋ ਇੰਝ ਗਿਆ ਕਿ ਉਹ ਬਿਲਕੁਲ ਉਸੇ ਤਰੀਕੇ ਨਾਲ ਜਦੋਂ ਦਿੱਲੀ ਜਾਣ ਦੀ ਸੱਤਾ ਆ, ਦਿੱਲੀ ਕੀ ਦਿੱਲੀ ਦਾ ਮੈਂ ਤਾਂ ਗੱਲ ਕਹਿ ਰਿਹਾ, ਕਿਹੜੀ ਗੱਡੀ ਵੜਨੀ ਆ ਉਸੇ ਵੇਲੇ ਫੈਸਲਾ ਕਰ ਲੈਂਦੇ, ਪਾਰਟੀ ਪੂਰਟੀ ਗਈ ਖੂਹ 'ਚ ਸਾਰਿਆਂ ਦੀ, ਰਾਜਨੀਤੀ ਗਈ ਪ੍ਰੋਗਰਾਮ, ਔਰ ਇਹ ਜ਼ਿੰਮੇਵਾਰ ਸਾਰੀਆਂ ਪਾਰਟੀਆਂ, ਜਦ ਖੁਦ ਉਹਨਾਂ ਦੇ ਲੀਡਰ ਇਸ ਤਰ੍ਹਾਂ ਕਰਦੇ ਸੀਗੇ ਕੋਈ ਯਾਰ ਕੁਛ ਕਰ ਲਓ ਵੇਖੀ ਜਾਊਗੀ, ਇੱਕ ਵਾਰੀ ਜਿੱਤ ਜਾਓ ਸਾਰਾ ਕੁਝ ਠੀਕ ਹੋ ਜੂ, ਉਹਨਾਂ ਨੇ
ਇਹੋ ਜਿਹੀ ਮਿਆਰ ਖੜ੍ਹੇ ਕਰ ਦਿੱਤੇ, ਇਹੋ ਜਿਹੀ ਦੁਬਿਧਾ ਖੜੀ ਕਰਤੀ, ਇਹੋ ਜਿਹਾ ਅੰਦਰ ਗਾਲਾ ਪਾਤਾ ਆ ਪਾਰਟੀਆਂ ਦੇ ਅੰਦਰ, ਤੇ ਹੁਣ ਉਹ ਖੁਦ ਉਸ ਸਿਧਾਂਤ ਤੋਂ ਲੀਡਰ ਮਰ ਰਹੇ ਆ ਤੇ ਛੱਡ ਛੱਡ ਕੇ ਭੱਜ ਰਹੇ। ਇੱਕ ਗੱਲ ਹੋਰ ਦਿਲਚਸਪ ਹੈ ਦੇਖਣ ਵਾਲੀ ਕਿ ਇੱਥੇ ਜਿਵੇਂ ਸੱਤਾ 'ਚ ਆਮ ਆਦਮੀ ਪਾਰਟੀ ਹੈ, ਜਦੋਂ ਤਾਂ ਪੱਟੇ ਬਗਾਨੇ ਆਪਦੇ ਵੱਲ ਲੈ ਕੇ ਆਏ ਉਦੋਂ ਤਾਂ ਕਹਿੰਦੇ ਕਿ ਉਦੋਂ ਨੂੰ ਉੱਧਰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਅਸੀਂ ਦਿਆਂਗੇ ਸੱਚੇ ਸਿਪਾਹੀ ਨੇ। ਹੁਣ ਜਦੋਂ ਉਹਨਾਂ ਵਾਲੇ ਪੱਟ ਕੇ ਕੋਈ ਹੋਰ ਲੈ ਕੇ ਜਾ ਰਿਹਾ, ਕਹਿੰਦੇ ਗਦਾਰ ਨੇ। ਇਹ ਆਮ ਆਦਮੀ ਪਾਰਟੀ ਤਾਂ ਹੈ ਹੀ ਪੱਟੂ ਪਾਰਟੀ ਆ, ਕਿਉਂਕਿ ਨਵੀਂ ਪਾਰਟੀ ਆ। ਇਹ ਤਾਂ ਕਦੇ ਉਹਦੇ ਬਾਅਦ ਜਦੋਂ ਇਹਨਾਂ ਦੀ ਇਲੈਕਸ਼ਨ ਹੁੰਦੀ ਹੈ, ਜਿਹੜੀ ਮੈਂ ਹੁਣੇ ਗੱਲ ਕਹਿ ਕੇ ਹਟਿਆ, ਸਭ ਤੋਂ ਵੱਧ ਇਹਨਾਂ ਦੀ ਇਹ ਮੰਡੀਆਂ 'ਚ ਗੇੜਾ ਮਾਰਦੇ ਆ ਵੀ ਹੁਣ ਕੋਈ ਗਵਾਈਆ ਲੱਭ ਲਓ, ਕੋਈ ਸੈਲੀਬ੍ਰਿਟੀ ਲੱਭ ਲਓ, ਜਾਂ ਕੋਈ ਤੁਸੀਂ ਇਸ ਤਰ੍ਹਾਂ ਕੋਈ ਪੈਸੇ ਵਾਲਾ ਹੀ ਲੱਭ ਲਓ, ਜਿਵੇਂ ਰਾਜ ਸਭਾ ਦੇ ਮੈਂਬਰ ਬਣਾਏ ਆ ਕਰੋੜਾਂ ਰੁਪਈਆਂ ਦਾ ਗੁਪਤਾ, ਅਤੇ ਉਹ ਲਵਲੀ ਯੂਨੀਵਰਸਿਟੀ ਕੌਣ ਨਹੀਂ ਜਾਣਦਾ, ਸਾਰੇ ਜਾਣਦੇ ਆ ਔਰ ਮੰਨਦੇ ਆ, ਉਹ ਖੁਦ ਕਹਿੰਦੇ ਕਿ ਠੀਕ ਹੈ ਸਾਨੂੰ ਪੈਸੇ ਚਾਹੀਦੇ, ਪਾਰਟੀ ਦੀ ਚਾਹੀਦੇ, ਅਸੀਂ ਇਸ ਤਰੀਕੇ ਨਾਲ ਕੀਤਾ। ਹੁਣ ਇਹ ਜਿਹੜਾ ਆ ਇਹਨਾਂ ਨੂੰ ਤਾਂ ਬਹੁਤ ਹੀ ਅੰਦਰੋਂ ਖੋਰਾ ਪਿਆ ਰਹਿੰਦਾ, ਔਰ ਮੈਂ ਇਹ ਦੱਸਾਂ ਕਿ ਇੱਕ ਦਿਨ ਜਿੱਦਣ ਇਹ ਖਿਲਰਨ ਲੱਗਾ ਨਾ, ਜਿਵੇਂ ਸੋਵੀਅਤ ਯੂਨੀਅਨ ਲਾਈਕ ਹਾਊਸ ਆਫ ਕਾਰਡਸ ਮਿੰਟਾਂ 'ਚੋਂ ਦੀਆਂ ਗਿਆ ਸੀ, ਇਹ ਪਾਰਟੀ ਇੰਝ ਹੀ ਖਿਲਰਨੀ ਆ, ਕਿਉਂਕਿ ਇਹ ਪਾਰਟੀ ਦੀ ਬੁਨਿਆਦ ਲੋਇਲਟੀ ਕੰਟੀਨਿਊਟੀ ਉਹ ਕੁਛ ਹੈ ਹੀ ਨਹੀਂ। ਪਾਰਟੀਆਂ ਦੇ ਵਿੱਚ ਕੀ ਹੁੰਦਾ ਸੀ ਅਸੀਂ ਦੇਖਦੇ ਹਾਂ, ਭਾਵੇਂ ਉਹ ਅਕਾਲੀ ਦਲ ਆ ਕਾਂਗਰਸ, ਬਈ ਹਾਂ ਆਪਾਂ ਤਾਂ ਇਹ ਧਰਮ ਆ, ਬਈ ਵੋਟ ਤਾਂ ਇਹਨੂੰ ਪਾਉਣੀ ਆ, ਚੰਗੀ ਆ ਮਾੜੀ, ਐਤਕੀ ਮਾੜੀ ਆ, ਫਿਰ ਆਪਾਂ ਲੜਾਂਗੇ ਲੀਡਰ ਨੂੰ, ਕਹਾਂਗੇ ਇੰਜ ਨਾ ਕਰੋ ਚੰਗਾ ਕਰ ਲਾਂਗੇ। ਇਹ ਹੁੰਦਾ ਸੀ, ਇਸ ਲੋਕ ਪੀੜ੍ਹੀ ਦਰ ਪੀੜ੍ਹੀ ਉਸੇ ਪਾਰਟੀ 'ਚ ਚੱਲੇ ਰਹਿੰਦੇ ਸੀ। ਹੁਣ ਤਾਂ ਇਹ ਨਹੀਂ ਪਤਾ ਲੱਗਦਾ ਵੀ ਰਾਤ ਨੂੰ ਜਿਹੜਾ ਸੁੱਤਾ ਬੰਦਾ ਅਕਾਲੀ ਦਲ 'ਚ ਆ, ਵੀ ਸਵੇਰੇ ਚਿੱਟੀ ਬੱਧੀ ਹੋਈ ਆ ਕਾਂਗਰਸ 'ਚ ਚਲਾ ਗਿਆ ਅਤੇ ਸ਼ਾਮ ਨੂੰ ਚਲਾ ਗਿਆ ਝਾੜੂ ਫੜ ਲਿਆ ਜਾ ਕੇ, ਕੁਛ ਨਹੀਂ ਕਿਸੇ ਬਾਰੇ। ਮੈਂ ਆਹ ਜਿਹੜਾ ਮੈਨੂੰ ਵੀ ਝਟਕਾ ਲੱਗਾ ਇਸ ਗੱਲ ਦਾ ਟੀਨੂ ਦਾ ਸੁਣ ਕੇ, ਕਿਉਂ ਥੋੜ੍ਹੇ ਦਿਨ ਪਹਿਲਾਂ ਮੈਂ ਵੈਸੇ ਪਤਾ ਨਹੀਂ ਮੈਂ ਉਹਨੂੰ ਫੋਨ ਕੀਤਾ ਕਿ ਉਹਨੇ ਉਹਦਾ ਫੋਨ ਮੇਰੀ ਗੱਲ ਹੋਈ, ਮੈਂ ਕਿਹਾ ਟੀਨੂ ਕੀ ਕਰ ਰਹੇ ਹਾਂ, ਸਾਰਾ ਕੁਛ ਕਰੀਏ ਕਿੱਦਾਂ ਕਰੀਏ, ਬੜੀਆਂ ਚੰਗੀਆਂ ਗੱਲਾਂ ਕਰ ਗਿਆ, ਹਫ਼ਤੇ ਦੀ ਗੱਲ ਆ। ਕਹਿੰਦੇ ਜਲੰਧਰੋਂ ਟਿਕਟ ਮਿਲਣ ਦੀ ਮੈਨੂੰ ਉਮੀਦ, ਮੈਂ ਕਿਹਾ ਬੜੀ ਚੰਗੀ ਗੱਲ ਹੈ, ਦੱਸੋ ਚਾਹੀਦਾ ਤੈਨੂੰ ਲੜਨਾ, ਤੂੰ ਯੰਗ ਬੰਦਾ, ਲੈ ਅੱਜ ਪਤਾ ਲੱਗਦਾ ਕਿ ਉਹ ਉੱਧਰ ਨੂੰ ਜਾ ਰਿਹਾ। ਹੁਣ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਤੁਸੀਂ ਆਏ ਆ ਮੇਰੇ ਕੋਲ ਖੜੇ ਖੜੇ, ਮੈਨੂੰ ਸਵੇਰ ਨੂੰ ਪਤਾ ਲੱਗਿਆ ਵੀ ਇਹ ਬੰਦਾ ਤਾਂ ਕਿਤੇ ਹੋਰ ਹੀ ਆ ਕਿਤੇ ਗਿਆ ਹੋਇਆ, ਬੜੀ ਹੈਰਾਨੀ ਹੈ, ਸਾਨੂੰ ਵਿਸ਼ਵਾਸ ਨਹੀਂ ਆਉਂਦਾ, ਕਾਹਦੇ ਐਨੈਲਿਸਿਸ, ਕਾਹਦੇ ਵਿਚਾਰ, ਕਾਹਦੀਆਂ ਫੋਰਕਾਸਟ ਜਿਹੜਾ ਆਪਾਂ ਕਰਦੇ ਸੀ ਵੀ ਐਤਕੀ ਕੀ ਹੋਊਗਾ, ਕਿਵੇਂ ਤੁਸੀਂ ਅੰਦਾਜ਼ਾ ਲਾਓਗੇ। ਜੇ ਇਹੋ ਹੀ ਰਿਹਾ ਜੋ ਹੋ ਰਿਹਾ ਇੱਥੇ, ਸੱਚੀ ਮੁੱਚੀ ਅਸੀਂ ਇਹਨਾਂ ਆਦਤਾਂ ਕਰਕੇ ਮੋਦੀ ਦੀ ਗਰਾਊਂਡ ਨੂੰ ਕਹਿ ਦੇ ਰਹੇ ਕਿ ਅਸੀਂ ਉਹਦੇ ਵਧੇ ਆਈ ਐਨ ਡੀ ਆਈ ਏ ਹੋਏ ਜਾਂ ਹੋਰ ਵਿਰੋਧੀ ਜਾਂ ਰੀਜਨਲ ਪਾਰਟੀਆਂ ਗਏ ਸੀ ਜੀ, ਉਹਨਾਂ ਵਿਰੁੱਧ ਬਹੁਤ ਤਕੜਾ ਲੜ ਰਹੇ ਹਾਂ, 28 ਪਾਰਟੀਆਂ ਦਾ ਬਹੁਤ ਤਕੜਾ ਜਹਾਜ਼ ਫਿੱਟ ਕਰ ਲਿਆ ਸੀ, ਜਿੱਦਣ ਉਹ ਗਿਆ ਸਮੁੰਦਰ ਚੀਰਦਾ ਜਾਊਗਾ, ਕਹਿ ਦੇ ਰਹੇ ਹਾਂ। ਅਸਲੀਅਤ ਇਹ ਆ ਕਿ ਇਹਨਾਂ ਕੰਮਾਂ 'ਚ ਸਭ ਤੋਂ ਮਾਰ, ਸਭ ਤੋਂ ਪਾਵਰਫੁੱਲ ਉਹੀ ਹੁੰਦਾ ਜਿਹਦੇ ਕੋਲ ਸੱਤਾ ਹੋਵੇ, ਔਰ ਉਹਨਾਂ ਨੇ ਜਿਸ ਕਿਸਮ ਨਾਲ ਸੱਤਾ ਦੇ ਉੱਤੇ ਕਬਜ਼ਾ ਕੀਤਾ ਪੂਰਾ, ਜਿਸ ਤਰ੍ਹਾਂ ਉਹ ਤੈਂਦੂਆ ਟੈਂਟੇਕਲ ਫੈਲਾ ਕੇ ਚੱਲਦਾ ਨਾ, ਉਹ ਕੀ ਕਹਿੰਦੇ ਹੁੰਦੇ ਜਿਹੜਾ ਆਕਟੋਪਸ, ਹਾਂ ਉਸ ਤਰੀਕੇ ਨਾਲ ਉਹਨਾਂ ਨੇ ਪੂਰਾ ਹਰ ਜਗ੍ਹਾ ਆਪਣੇ ਉਹਨਾਂ ਦੇ ਪੈਨੀਟ੍ਰੇਸ਼ਨ ਕੀਤੀ ਹੈ, ਅਤੇ ਉਹਨਾਂ ਨੂੰ ਇਹ ਕਿੱਥੋਂ ਹਰਾ ਲੈਣਗੇ। ਜੇ ਆਦਤਾਂ ਬਦਲਣਗੇ, ਅਲਟਰਨੇਟਿਵ ਵਿਕਲਪਿਕ ਰਾਜਨੀਤੀ ਹੋਊਗੀ ਜਿਹਦੇ ਵਿੱਚ ਵਿਚਾਰ ਵੀ ਹੋਊਗਾ, ਫਲਸਫਾ ਵੀ ਹੋਊਗਾ, ਵਿਜਨ ਵੀ ਹੋ, ਵਿਜ਼ਨ ਵੀ ਹੋਊਗਾ, ਲੋਕ ਹਿੱਤ ਵੀ ਹੋਣਗੇ, ਲੋਕ ਵਿਕਾਸ ਦੀਆਂ ਚੰਗੇ ਕੁਛ ਨਿਸ਼ਚੇ ਅਤੇ ਨਿਸ਼ਾਨੇ ਵੀ ਹੋਣਗੇ, ਤਾਂ ਤਾਂ ਗੱਲ ਸੁਣੀ ਜਾ ਸਕਦੀ ਹੈ, ਮੰਨੀ ਜਾ ਸਕਦੀ। ਨਹੀਂ ਤਾਂ ਜੇ ਹਾਈ ਆ ਖਰੀਦੋ ਫਰੋਖਤ ਹੀ ਚੱਲਣੀ ਆ, ਅਤੇ ਜਿਹਦਾ ਵੀ ਸਭ ਤੋਂ ਵੱਧ ਜਿਹਦੇ ਕੋਲ ਪੈਸਾ ਉਹ ਵੱਡੀ ਬੋਲੀ ਲਊਗਾ, ਲੈ ਜੂ, ਅਤੇ ਪਾਰਟੀਆਂ ਚੱਕ ਕੇ ਲੈ ਨਹੀਂ ਗਏ ਮਹਾਰਾਸ਼ਟਰ 'ਚ।
ਇਹਦੇ ਬੰਦਿਆਂ ਦੀ ਤੇ ਗੱਲ ਛੱਡੋ, ਸਰਕਾਰ ਹੀ ਚੱਕ ਕੇ ਹਾਈਜੈਕ ਕਰਕੇ ਲਿਜਾ ਸਕਦੇ। ਸੀਐਮ ਸਾਹਿਬ ਵੀ ਅੱਜ ਕੱਲ੍ਹ ਫਿਕਰਮੰਦੀ 'ਚ ਹੈ, ਆਸਾਮ ਜਾ ਕੇ ਵੀ ਭਾਸ਼ਣ ਦਿੰਦੇ ਆ ਕਿ ਇਹ ਤੇ ਸਾਡੇ ਪਾਰਟੀ ਨੂੰ ਖੇਰੂੰ ਖੇਰੂੰ ਕਰਨਾ ਚਾਹੁੰਦੇ ਆ, ਪੱਟਣਾ ਚਾਹੁੰਦੇ ਆ, ਆਪਰੇਸ਼ਨ ਲੋਟਸ ਦੀ ਬਹੁਤ ਜੈ ਜੈਕਾਰ, ਬਹੁਤ ਲਾਲਾ ਲਾਲਾ ਹੋਈ। ਇਹ ਸਾਰੇ ਮਸਲਿਆਂ ਨੂੰ ਜਦੋਂ ਸਟੇਟਮੈਂਟ ਆਉਂਦੀ ਰਹਿੰਦੀ ਹੈ, ਚਾਹੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਆਵੇ ਜਾਂ ਥਲੜੇ ਲੀਡਰਾਂ ਤੋਂ, ਇਹਨੂੰ ਤੁਸੀਂ ਕੀ ਵੇਖਦੇ ਇਹਨਾਂ ਗੱਲਾਂ ਸੱਚਾਈ ਹੈ? ਜਿਹੜੀ ਆਮ ਆਦਮੀ ਪਾਰਟੀ ਹੈ ਨਾ, ਉਹ ਕੇਜਰੀਵਾਲ ਦੀ ਇੱਕ ਸੱਤਾ ਬਣਾਉਣ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਆ। ਜਿਸ ਤਰ੍ਹਾਂ ਇੱਕ ਨਿੱਜੀ ਕੰਪਨੀ ਹੁੰਦੀ ਹੈ, ਕਿਸੇ ਨੇ ਕੋਈ ਕੋਈ ਬਿਜ਼ਨਸ ਕਰਦਾ, ਕੋਈ 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 ਬਿਜ਼ਨਸ ਕਰਦਾ, ਇਹ ਐਨ ਜੀ ਓ ਦਾ ਬਿਜ਼ਨਸ ਕਰਦੇ ਸੀ। ਉਹ ਤਾਂ ਕਹਿੰਦੇ ਸਾਡਾ ਸਿਧਾਂਤ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਲੜਨਾ। ਕੋਈ ਨਾ ਕੁਛ ਤਾਂ ਫਿਰ ਅੰਦਰ ਕਿਉਂ ਬੈਠੇ ਆ? ਕੋਰਟ ਨੇ ਬਿਠਾਏ ਆ, ਮੋਦੀ ਨੇ ਥੋੜ੍ਹੀ ਬਿਠਾਏ ਆ। ਮੋਦੀ ਨੇ ਤਾਂ ਕਿਹਾ ਹੁਣ ਆਈ ਡੀ ਨੂੰ ਵੀ ਸਾਨੂੰ ਸ਼ੱਕ ਲੱਗਦਾ, ਕੰਮ ਚੱਕੋ ਇਹਨਾਂ ਦਾ ਜ਼ਰਾ। ਵੀ ਈ ਡੀ ਨੇ ਫਿਰ ਰਿਪੋਰਟ ਤਿਆਰ ਕੀਤੀ, ਕੋਰਟ ਨੇ ਤਾਂ ਸਕਰੂਟੀਨਾਈਜ਼ ਕੀਤੀ ਹੋਊਗੀ, ਠੀਕ ਹੈ। ਇਸ ਲਈ ਜੇ ਸਿਸੋਦੀਆ ਵਰਗੇ ਬੰਦੇ ਨੂੰ ਜਿਹੜਾ ਡਿਪਟੀ ਚੀਫ ਮਿਨਿਸਟਰ, ਸੁਪਰੀਮ ਕੋਰਟ 'ਚ ਵੀ ਰਾਹਤ ਨਹੀਂ ਮਿਲ ਰਹੀ, ਕੇਜਰੀਵਾਲ ਦਾ ਵੀ ਹੋਰ ਹਫ਼ਤੇ 'ਚ ਸਾਰਾ ਹੀਚ ਪਿਆਜ ਨੰਗਾ ਹੋ ਜੂ ਵੀ ਕੀ ਰਾਹਤ ਮਿਲਦੀ ਕਿ ਨਹੀਂ ਮਿਲਦੀ, ਮੈਨੂੰ ਉਮੀਦ ਨਹੀਂ ਹੈ। ਕਿਉਂਕਿ ਜਦੋਂ ਸੁਪਰੀਮ ਕੋਰਟ ਨੇ ਸੰਜੇ ਸਿੰਘ ਨੂੰ ਰਾਹਤ ਦਿੱਤੀ ਹੈ ਤਾਂ ਨਾਲ ਹੀ ਇਹ ਕਹਿਤਾ ਭਾਈ ਇਹਨੂੰ ਦੂਸਰਿਆਂ ਲਈ ਸਬੂਤ ਦੇ ਤੌਰ 'ਤੇ ਨਾ ਇਹਨੂੰ ਯੂ ਕਰਿਓ, ਇਟਸ ਨਾਟ ਏ ਪ੍ਰੈਸੀਡੈਂਟ। ਇਹਨੂੰ ਇੰਝ ਨਾ ਸਮਝੋ ਕਿ ਹੁਣ ਤੁਹਾਡਾ ਹੋ ਗਿਆ ਅਤੇ ਹੁਣ ਬਾਕੀ ਦਿਆਂ ਦਾ ਵੀ ਹੋ ਜੂ। ਦੂਜੀ ਗੱਲ, ਤੁਹਾਨੂੰ ਯਾਦ ਹੋਣਾ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਗਿਆ ਤਾਂ ਸਾਰੇ ਕਹਿੰਦੇ ਸੀ ਆਪ ਨੇ ਇੰਝ ਕੀਤਾ, ਆਪ ਨੇ ਇੰਝ ਕੀਤਾ। ਸੁਪਰੀਮ ਕੋਰਟ ਨੇ ਕਿਹਾ ਭਈ ਆਪ ਕਿੱਥੇ ਆ, ਤੁਸੀਂ ਆਪ ਆਪ ਕਹਿੰਦੇ ਆ। ਉਹਨੇ ਇਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਕੇਜਰੀਵਾਲ ਨੂੰ ਵੀ ਇਹਦੀ ਪਾਰਟੀ ਬਣਾਓ, ਧਿਰ ਬਣਾਓ, ਤਾਂ ਕੇਜਰੀਵਾਲ ਵਿੱਚ ਆ ਗਿਆ। ਹੁਣ ਕੀ ਖਿਆਲ ਉਹਨੂੰ ਉਹ ਈਜ਼ੀਲੀ ਬਾਹਰ ਕਰ ਦੇਣਗੇ? ਮੈਨੂੰ ਲੱਗਦਾ ਕਿ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਆ ਨਾ ਕਿ ਵੀ ਖਿੰਡਰੂ ਖਿੰਡਰੂ ਖਿਲਰੀ ਤਾਂ ਹੁੰਦੀ ਆ, ਇਹ ਪਾਰਟੀ ਬੱਜੀ ਕਿੱਥੇ ਆ? ਇੱਕ ਵੀ ਚੱਜ ਦਾ ਬੰਦਾ, ਜਿਹੜਾ ਸਿਆਣਾ ਬੰਦਾ, ਜਿਹੜਾ ਚੰਗਾ ਬੁਲਾਰਾ, ਚੰਗਾ ਵਿਚਾਰਾ, ਉਹਨੂੰ ਬਿਲਕੁਲ ਨਹੀਂ ਲੱਗੇ ਕਿਤੇ ਵੀ ਟਿਕਣ ਦਿੰਦੇ। ਕਿੰਨੇ ਬੰਦੇ ਕੱਢੇ ਆ? ਮੈਂ ਖੁਦ ਦਾ ਨਾਤਾ ਰਿਹਾ ਨਹੀਂ, ਮੇਰਾ ਤਾਂ ਨਾਤਾ ਰਿਹਾ। ਚਲੋ ਮੈਂ ਤਾਂ ਬਹੁਤ ਇੱਕ ਛੋਟੀ, ਵੈਰੀ ਸਮਾਲ ਫਰਾਈ, ਮੈਂ ਤਾਂ ਇੱਥੇ ਮੈਂ ਵੀ 9 ਮਹੀਨੇ ਯੂਨੀਵਰਸਿਟੀ 'ਚੋਂ ਵਿਦਆਊਟ ਪੇ ਛੁੱਟੀ ਲੈ ਕੇ ਇਹਨਾਂ ਦਾ ਕੰਮ ਕਾਜ ਕੀਤਾ। ਪਰ ਮੈਨੂੰ ਪਤਾ ਲੱਗ ਗਿਆ ਸੀਗਾ ਜੂਨ 2014 'ਚ ਹੀ, ਜਦੋਂ ਇਹ ਮਈ 'ਚ ਇਲੈਕਸ਼ਨਾਂ ਹੋ ਗਈਆਂ, ਸਿਸੋਦੀਆ ਨੂੰ ਮਿਲੇ, ਮੈਨੂੰ ਐਂ ਪਤਾ ਲੱਗ ਗਿਆ ਵੀ ਇਹਨਾਂ ਦੀ ਏਜੰਡਾ ਹੋ ਰਿਹਾ। ਪਰ ਫਿਰ ਵੀ ਮੈਂ ਉਦੋਂ ਬਾਅਦ ਵੀ 8-10 ਮਹੀਨੇ ਰਿਹਾ। ਮਾਰਚ ਵਿੱਚ ਜਾ ਕੇ ਅਸੀਂ ਫਿਰ ਜਦੋਂ ਬਾਕੀ ਸਾਰੇ ਨੇ ਕੱਢ ਤੇ ਫਿਜ਼ੀਕਲੀ, ਤਾਂ ਅਸੀਂ ਵੀ ਬਾਹਰ ਆ ਗਏ। ਇਸ ਲਈ ਮੈਂ ਬਹੁਤ ਨੇੜਿਓਂ ਜਾਣਦਾ ਕਿ ਇਹਨਾਂ ਦਾ ਕੰਮ ਜਿਹੜਾ ਆ ਪਾਰਟੀ ਵਾਲਾ, ਪੋਲੀਟਿਕਸ ਵਾਲਾ ਕੰਮ ਨਹੀਂ ਹੈ। ਸੱਤਾ ਨੂੰ ਹਥਿਆਉਣਾ, ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨਾ, ਅਤੇ ਇੱਕ ਕਿਸਮ ਦੀ ਜਿਸ ਤਰੀਕੇ ਨਾਲ ਲਾਹੇ ਲਈ ਕੋਈ ਕੰਮ ਕਰੀਦਾ, ਬਿਜ਼ਨਸ ਕਰੀਦਾ, ਅਗਰਵਾਲ ਆ ਨਾ ਕੇਜਰੀਵਾਲ, ਅਤੇ ਉਹਨੂੰ ਇਹ ਵੀ ਇਹੀ ਧੰਦਾ ਸਭ ਨਾਲੋਂ ਵਧੀਆ, ਧੰਦਿਆਂ ਦਾ ਧੰਦਾ, ਜਾਣੀ ਇਹ ਤਾਂ ਸੁਪਰ ਧੰਦਾ। ਫਿਰ ਜੇ ਇਹ ਗੱਲਾਂ ਨੇ ਸਾਰੀਆਂ ਧਿਆਨ 'ਚ ਲੋਕਾਂ ਨੇ ਰੱਖ ਲਈਆਂ, ਤੁਹਾਡੀ ਗੱਲ ਵੀ ਸੁਣ ਲਈ, ਫਿਰ 13-0 ਵਾਲਾ ਤਾਂ ਸੁਪਨਾ ਚੂਰੋ ਚੂਰ ਹੋਜੂ। ਉਹ ਨਹੀਂ ਨਹੀਂ 13-0 ਕਿਹੜਾ, ਹੁਣ ਮੈਂ ਹੁਣ ਦੱਸ ਦੇਣਾ, ਅੰਮ੍ਰਿਤਸਰ ਬੜਾ ਸਖਤ ਮੁਕਾਬਲਾ, ਤਰਨ ਤਾਰਨ ਬੜਾ ਸਖਤ ਮੁਕਾਬਲਾ, ਇੱਥੇ ਰਿੰਕੂ ਜਿਹੜਾ ਭੱਜ ਗਿਆ, ਇੱਥੇ ਹੁਣ ਟੀਨੂ ਨੂੰ ਜੋ ਮਰਜ਼ੀ ਕਰ ਲੈਣ, ਜਿੰਨਾ ਮਰਜ਼ੀ ਕਰਨ, ਚੰਨੀ ਨੇ ਮੁਕਾਬਲਾ ਸਖਤ ਕਰ ਦੇਣਾ, ਸੁਖਪਾਲ ਖਹਿਰਾ ਸੰਗਰੂਰ 'ਚ ਮੁਕਾਬਲਾ ਸਖਤ ਕਰ ਦੂਗਾ ਉਹ। ਇਸ ਲਈ ਪਟਿਆਲੇ ਦੇ ਵਿੱਚ ਗਾਂਧੀ ਪੱਕਾ, ਲੈ ਮੈਂ ਅੱਜ ਕਹਿ ਦੇਣਾ ਤੁਹਾਡੇ, ਹੁਣ ਕੈਮਰੇ 'ਤੇ ਕਹਿ ਰਿਹਾ ਕਿ ਉਹਨੇ ਛੱਡਣਾ ਨਹੀਂ ਆ, ਰਗੜ ਕੇ ਰੱਖ ਦੂਗਾ। ਗਾਂਧੀ ਭਾਵੇਂ ਬਜ਼ੁਰਗ ਹੋ ਗਿਆ ਸਾਡੀ ਉਮਰ ਦਾ ਆ, ਪਰ ਉਹਦੀ ਜਿਹੜੀ ਮੋਰਲ ਪਾਵਰ ਆ ਨਾ, ਉਹ ਬੜੀ ਜ਼ਬਰਦਸਤ ਆ। ਅਤੇ ਉਹਨੇ ਜਿਹੜੇ ਕਲਾਕਾਰਾਂ ਦਾ ਗੜ ਬਣਿਆ ਪਿਆ, ਉਹ ਉੱਥੇ ਹੁਣ ਅਜੇ 3 ਤਾਂ ਹੈਗੇ ਹੀ ਆ ਕਲਾਕਾਰ, ਚੌਥਾ ਅੱਜ ਆ ਗਿਆ ਜੋਰਾ ਸਿੰਘ,
ਜੋਰਾ ਸਿੰਘ ਜਿਹੜਾ ਇਹਨਾਂ ਦੀ ਕਮੇਟੀ ਵਾਲਾ ਸੀ, ਉਹ ਹੋ ਸਕਦਾ ਉਹਦਾ ਵੀ ਕੁਝ ਨਾ ਕੁਝ ਇੱਕ ਇੱਕ ਅਲੱਗ ਕਿਸਮ ਦੀ ਟੋਨ ਹੋਵੇ। ਔਰ ਮੈਨੂੰ ਲੱਗਦਾ ਕਿ ਉੱਥੇ ਵੀ ਇਹਨਾਂ ਦਾ ਤਾਂ ਹੁਣ ਨਹੀਂ ਮੈਂ ਅਜੇ ਕਹਿ ਸਕਦਾ ਉਨਾ ਅਨਮੋਲ ਕੀ ਕਰੂਗਾ ਕੀ ਨਹੀਂ ਕਰੂਗਾ, ਪਰ ਹੰਸਰਾਜ ਹੰਸ ਦਾ ਤਾਂ ਬਿਲਕੁਲ ਹੀ ਤੁਹਾਨੂੰ ਜੋ ਹਾਲਤ ਆ ਮੁਸ਼ਕਲ ਬਣ ਗਈ ਹੈ। ਪਹਿਲੇ ਦੀ ਵੀ ਐਂਟੀ ਇਨਕੰਬੈਂਸੀ ਥੋੜ੍ਹੀ ਹੁੰਦੀ ਆ ਉਸ ਕਰਕੇ, ਪਰ ਜੋਰਾ ਸਿੰਘ ਕਿਵੇਂ ਵਿਚਰਦਾ ਆ, ਕਿਉਂਕਿ ਆਫਟਰ ਆਲ ਉਹ ਵੀ ਇੱਕ ਬਹੁਤ ਰਿਸਪੈਕਟਡ ਬੰਦਾ, ਉਹਦੇ ਕਿੰਨੇ ਕੁ ਕੰਟੈਕਟ ਹੈਗੇ ਆ, ਉਹਦੇ 'ਤੇ ਕਾਫੀ ਡਿਪੈਂਡ ਕਰੂਗਾ। ਪਰ ਅਜੇ ਥੋੜ੍ਹਾ ਜਿਹਾ ਟਾਈਮ ਅਜੇ ਫਰੀਦਕੋਟ ਬਾਰੇ ਹੋਰ ਲੈ ਲੈਂਦੇ ਜੀ। ਅਤੇ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਦੇ ਦੇਖੋ ਪਤਾ ਕੀ ਆ, ਹੁਣ ਇੱਕ ਦੋ ਦਿਨਾਂ 'ਚ ਕਾਂਗਰਸ ਨੇ ਆਪਣੇ ਕੈਂਡੀਡੇਟ ਅਨਾਊਂਸ ਕਰਨੇ ਆ, ਹੁਣ ਇਹਦੇ ਬਾਰੇ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਬੜਾ ਰੌਲਾ ਪਿਆ ਹੋਇਆ, ਡਾਕਟਰ ਚੀਮਾ ਤਾਂ ਚਲੋ ਉਹ ਤਾਂ ਉਹਨਾਂ ਦੀ ਆਪਸੀ ਆ ਨਾ, ਦੋਵਾਂ 'ਚੋਂ ਇੱਕ ਹੀ ਖੜਾ, ਉਹ ਦੋ ਤਾਂ ਨਹੀਂ ਖੜੇ ਹੋਣਗੇ। ਇਹਨਾਂ ਨੇ ਜਿਹੜਾ ਖੜਾ ਕੀਤਾ ਆ ਆਮ ਆਦਮੀ ਪਾਰਟੀ ਨੇ, ਅਮਲਵਿੰਦਰ ਸਿੰਘ ਕੰਗ, ਉਹ ਰੈਲੇਟਿਵਲੀ ਨਵਾਂ ਆ, ਜੋਸ਼ ਜਾਰ ਤੇ ਚੰਗਾ ਲਾਊਗਾ, ਮਤਲਬ ਉਹਦਾ ਕੋਈ ਚਿਹਰਾ ਵੀ ਚਲੋ ਕਿਉਂਕਿ ਚੀਫ ਸਪੋਕਸਮੈਨ ਕਰਕੇ ਗਿਆ ਆ। ਸਵਾਲ ਇਹ ਪੈਦਾ ਹੁਣ ਇੱਥੇ ਤਿਵਾੜੀ ਜਿਹੜਾ ਉਹਦਾ ਬਹੁਤ ਉਨਾ ਕੁ ਤਾਂ ਨਹੀਂ ਮੈਨੂੰ ਲੱਗਦਾ, ਹਾਂ ਨਾ ਨਾ ਕੁਛ ਨਹੀਂ ਹੈ, ਮਤਲਬ ਉਹ ਤਾਂ ਬੋਲ ਮੈਨੂੰ ਤਾਂ ਲੱਗਦਾ ਸਗੋਂ ਉਹਦੀ ਤਾਂ ਕਮਿਸ਼ਨ ਵਟਾ ਕੇ ਪਤਾ ਹੀ ਲੈ ਲੈਣਾ ਚਾਹੀਦਾ ਵੀ ਕਿਤੇ ਥੱਲੇ ਨਿੱਕਰ ਤਾਂ ਨਹੀਂ ਪਾਈ ਹੋਈ, ਪਿੱਛੇ ਬਿਆਨ ਜਿਹੋ ਜਿਹੇ ਆਉਂਦੇ ਰਹੇ। ਬਿੱਟੂ ਪ੍ਰੈਸ ਕਾਨਫਰੰਸ 'ਚ ਕਹਿਣਾ ਪਿਆ ਕਿ ਮੈਂ ਜਾਖੜ ਵਰਗਾ ਬੰਦਾ ਨਹੀਂ, ਉਹ ਨਹੀਂ ਨਹੀਂ ਜੋ ਮਰਜ਼ੀ ਕਹੀ ਜਾਣ, ਉਹ ਤਾਂ ਐਵੇਂ ਗੱਲਾਂ ਕਰਦੇ ਆ, ਜਿਹੜੀਆਂ ਬਿਆਨ ਆਉਂਦੇ ਆ ਉਹ ਜਿਹੜਾ ਆਜ਼ਾਦ ਸੀਗਾ ਕੀ ਨਾਂ ਸੀ ਜਿਹੜਾ ਜੰਮੂ ਕਸ਼ਮੀਰ ਵਾਲਾ, ਨਾ 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 ਜਿਹੜਾ ਆਪਣਾ ਕਾਂਗਰਸ ਦਾ ਐਡਾ ਵੱਡਾ ਲੀਡਰ ਰਿਹਾ ਜਿਹੜਾ ਹੁਣ ਜਾ ਕੇ ਫਿਰ ਬਾਅਦ 'ਚ ਆਪਣੀ ਅਲੱਗ ਪਾਰਟੀ ਬਣਾ ਲਈ ਆ ਉਹਨੇ, ਪੂਰਾ ਨਾਂ ਨਹੀਂ ਆਜ਼ਾਦ ਹੀ ਕਹਿੰਦੇ ਆ ਉਹਨੂੰ। ਇਹ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਮੁਸਲਿਮ ਆ, ਹਾਂ, ਅਤੇ ਇਹ ਇਹਨਾਂ ਦੇ ਜਦੋਂ ਲੀਡਰ ਬਦਲਦੇ ਰੰਗ ਬਦਲਦੇ ਆ, ਕੋਈ ਇਹ ਥੋੜ੍ਹੀ ਪਤਾ ਲੱਗਦਾ ਹੈ, ਇਸ ਲਈ ਆਪਾਂ ਇਕੱਲੀ ਇਕੱਲੀ ਸੀਟ ਦਾ ਜਦੋਂ ਕਰਨਾ ਇੱਕ ਵਾਰੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਆ ਲੈਣ ਦਿਓ, ਮੈਦਾਨ ਦੇ ਵਿੱਚ ਆ ਲੈਣ ਦਿਓ, ਫਿਰ ਜਦੋਂ ਚਰਚਾਵਾਂ ਪੜ੍ਹਾਂਗੇ ਲੋਕਾਂ ਦਾ ਵੀ ਵਿਊ ਅਸੀਂ ਇਕੱਠਾ ਕਰਾਂਗੇ, ਫਿਰ ਉਹ ਇੱਕ ਜ਼ਿਆਦਾ ਵਧੀਆ ਹੋਊਗਾ। ਪਰ ਇੱਕ ਗੱਲ ਮੈਂ ਸਾਫ਼ ਕਹਿ ਦੇਣਾ, ਜਿਹੜਾ ਤੁਹਾਡਾ ਸਵਾਲ ਸੀ ਕਿ ਕੇਕ ਵਾਕ ਆਮ ਆਦਮੀ ਪਾਰਟੀ ਲਈ ਨਹੀਂ ਹੈ, ਗੱਲੀ ਬਾਤੀ ਬਹੁਤ ਲੱਗ ਰਿਹਾ ਆ, ਹੁਣ ਉਹ ਫਲੈਕਸਾਂ ਫਲੂਕਸਾਂ ਹਟ ਗਈਆਂ ਤਾਂ ਥੋੜ੍ਹਾ ਉਹ ਵੀ ਠੰਡਾ ਪੈ ਗਿਆ, ਮੀਡੀਆ ਦੇ ਵਿੱਚ ਥੋੜ੍ਹਾ ਬਾਂਹ ਮਰੋੜ ਕੇ ਕਾਫੀ ਇਹਨਾਂ ਨੇ ਆਪਣਾ ਆਪਣਾ ਸਾਰਾ ਕਰਦਾ, ਮੋਦੀ ਨੇ ਲਾਰਜ ਸਕੇਲ 'ਤੇ ਕੀਤਾ, ਉਹਨੇ ਹੋਲਸੇਲ ਦਾ ਕੀਤਾ, ਇਹਨਾਂ ਨੇ ਪ੍ਰਚੂਨ ਦਾ ਕੀਤਾ, ਕਰਦੇ ਇਹ ਵੀ ਆ, ਬਹੁਤ ਪੈਸਾ, ਬੜਾ ਵੱਡਾ ਬਜਟ ਆ ਪਹਿਲਾਂ ਨਾਲੋਂ, ਮੈਨੂੰ ਲੱਗਦਾ ਕਿ 5-7 ਗੁਣਾ ਬਜਟ ਇਹਨਾਂ ਨੇ ਵਧਾ ਲਿਆ ਆਪਣਾ ਮੀਡੀਆ ਦਾ, ਹਾਂ, ਇਸ ਲਈ ਪਤਾ ਨਹੀਂ ਤੁਹਾਨੂੰ ਕੁਛ ਦਿੰਦੇ ਕਿ ਨਹੀਂ ਦਿੰਦੇ, ਪਰ ਅਸੀਂ ਤੁਹਾਡੇ ਕੋਲ ਨਾ ਆਉਂਦੇ ਮੈਨੇ ਚਲੋ, ਪਰ ਜੋ ਵੀ ਹੋ ਰਿਹਾ ਆ ਉੱਥੇ ਤਾਂ ਮੈਨੂੰ ਚੰਗੇ ਚੰਗੇ ਚੈਨਲ ਦੀ ਬਾਂਹ ਮਰੋੜਦੇ ਆ ਉਹਨਾਂ ਨੂੰ ਪਿੱਛੇ, ਸੋਸ਼ਲ ਮੀਡੀਆ ਤੋਂ ਕਰਤਾ ਵਿਚਾਰੇ ਭੱਜੇ ਮਾਰੇ ਮਾਰੇ ਫਿਰਦੇ ਰਹੇ, ਮਹੀਨਾ ਇੱਕ ਲਾਇਆ ਉਹਨਾਂ ਨੇ ਦੁਬਾਰਾ ਉਹਨੂੰ ਰੀਇੰਸਟੇਟ ਕਰਨ ਦਾ। ਇਸ ਲਈ ਇਹ ਜਿਹੜਾ ਚੱਲ ਰਿਹਾ ਆ ਨਾ ਕਿ ਸਾਰੇ ਚਾਰੇ ਪਾਸੇ ਉਹ ਲੋਕ ਹੁਣ ਦੇਖ ਰਹੇ ਆ, ਲੋਕ ਸਿਆਣੇ ਆ, ਪਿੰਡਾਂ ਦੇ ਵਿੱਚ ਕੋਈ ਇਹਨਾਂ ਦਾ ਉਸ ਕਿਸਮ ਦਾ ਪਹਿਲਾਂ ਜਿਹੜੀ ਹਵਾ ਚੱਲੀ ਸੀ ਉਹ ਨਹੀਂ, ਅਤੇ ਇਹ ਹੈ ਪਾਰਟੀ ਹਵਾ ਵਾਲੀ, ਜੇ ਇਹਨਾਂ ਦੀ ਹਵਾ ਨਾ ਚੱਲੇ ਫਿਰ ਇਹਨਾਂ ਦੀ ਹਵਾ ਨਿਕਲ ਜਾਂਦੀ ਹੈ। ਇੱਕ ਆਖਰੀ ਟਿੱਪਣੀ ਤੁਹਾਡੇ ਤੋਂ ਲੈਣੀ, ਉਹ ਇਹ ਹੈ ਕਿ ਬੀਤੇ ਦਿਨ ਟਵੀਟੋ ਟਵਿੱਟੀ ਕਾਫੀ ਕੰਮ ਹੋਇਆ, ਕਈ ਲੋਕਾਂ ਨੇ ਕਿਹਾ ਕਿ ਨਹੀਂ ਇਹਦੀ ਲੋੜ ਨਹੀਂ ਸੀ, ਅਤੇ ਕਈਆਂ ਨੇ ਕਿਹਾ ਕਿ ਵਧੀਆ ਮਜਮਾ ਲੱਗਿਆ, ਲੋਕਾਂ ਦਾ ਧਿਆਨ ਇੱਧਰ ਲਾਈ ਰੱਖੋ। ਦੇਖੋ ਭਗਵੰਤ ਮਾਨ ਨੂੰ ਕਮੇਡੀਅਨ ਵਾਲਾ ਰੋਲ ਜਿਹੜਾ ਮਸ਼ਖਰੇ ਵਾਲਾ ਛੱਡ ਦੇਣਾ ਚਾਹੀਦਾ, ਇਹ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਉਹਦੀ ਪਹਿਲੀ ਅਤੇ ਆਖਰੀ ਚੀਫ ਮਿਨਿਸਟਰੀ ਹੋਵੇ, ਠੀਕ ਹੈ,
ਵਾਰ ਵਾਰ ਨਹੀਂ ਇਸ ਤਰ੍ਹਾਂ ਹੁੰਦਾ ਹੁੰਦਾ, ਉਹਨਾਂ ਨੂੰ ਬਹੁਤ ਹੀ ਸੰਜੀਦਾ ਢੰਗ ਨਾਲ ਪ੍ਰੂਵ ਕਰਨਾ ਚਾਹੀਦਾ, ਲੋਕ ਯਾਦ ਕਰਨ ਵੀ ਹਾਂ ਇੱਕ ਯੰਗ ਬੰਦਾ ਸਧਾਰਨ ਘਰ ਦਾ ਬੰਦਾ ਆਇਆ ਸੀ ਸਤੌਜ ਤੋਂ ਅਤੇ ਉਹਨੇ ਆ ਕੇ ਬਹੁਤ ਸੋਹਣਾ ਕੀਤਾ, ਭਾਵੇਂ ਇੰਝ ਤਾਂ ਯਾਦ ਚੰਗੀ ਚੰਗੀ ਸਪਿਰਿਟ 'ਚ ਕਰਨ, ਪਰ ਜੋ ਅੱਜ ਚੱਲ ਰਿਹਾ ਤੂੰ ਤੂੰ ਮੈਂ ਤੂੰ ਤੜਕ ਨਿੱਜੀ, ਕਦੀ ਟਵੀਟ, ਕਦੀ ਉਹਨੂੰ ਕਦੀ ਕਦੀ, ਹਾਂ ਨਹੀਂ ਬਹੁਤ ਜ਼ਿਆਦਾ, ਮਤਲਬ ਦੇਖੋ ਮਨਪ੍ਰੀਤ ਬਾਦਲ ਨਾਲ ਕਿਵੇਂ ਤੂੰ ਤੜਕ ਹੋਈ, ਉਹਨੂੰ ਆ ਕੇ ਮੀਡੀਆ 'ਚ ਕਿਵੇਂ, ਇਹਦੇ ਨਾਲ ਸਿੱਝਾ ਸਿੱਧਾ, ਇਹਦੇ ਨਾਲ ਸੁਖਪਾਲ ਖਹਿਰਾ ਨਾਲ ਬਹੁਤ ਹੀ ਹੋ ਗਿਆ, ਕਹਿੰਦਾ ਸੀ ਵਾਣੋ ਵਾਣੀ ਭਜਾ ਦਿਆਂਗੇ, ਤੂੰ ਦੇਖ ਲੈ ਜਿਹੜਾ ਕਰਨਾ ਮੈਂ ਤੈਨੂੰ ਦੇਖ ਲੂੰ, ਉੱਥੋਂ ਦੇਖ ਲੂੰ, ਉਹਨੂੰ ਅੰਦਰ ਵੀ ਰੱਖਿਆ, ਸਾਰਾ ਕੁਝ ਹੋ ਗਿਆ, ਮਗਰੋਂ ਜਾ ਕੇ ਵਾਪਸ ਵੀ ਲੈ ਲਿਆ ਸਾਰਾ, ਕਿਉਂਕਿ ਹੁਣ ਪਤਾ ਨਹੀਂ ਪੋਲੀਟੀਕਲ ਸਮਝੌਤੇ ਕਰਕੇ ਸੁਪਰੀਮ ਕੋਰਟ 'ਚ ਕੇਸ ਨੂੰ ਅੱਗੇ ਫਾਰਵਰਡ। ਇਸੇ ਤਰੀਕੇ ਨਾਲ ਮਜੀਠੀਆ ਨਾਲ ਤਾਂ ਸੱਚ ਬਹੁਤ ਹੀ ਪਿਆਰ ਆ, ਹੋਰ ਤਾਂ ਹੋਰ ਜਿਹੜਾ ਬਿਲਕੁਲ ਸ਼ਰੀਫ ਬੰਦਾ ਉਹਨੂੰ ਨਹੀਂ ਇਹਨੇ ਅਸੈਂਬਲੀ ਦੇ ਵਿੱਚ ਛੱਡਿਆ, ਮੈਂ ਉਹਨੂੰ ਸ਼ਰੀਫ ਮੰਨਦਾ ਕਿਉਂਕਿ ਵਾਧੂ ਫਾਲਤੂ ਬੋਲਦਾ ਨਹੀਂ। ਕਿਹਦੀ ਮੈਂ ਗੱਲ ਕਰ ਰਿਹਾ, ਜਿਹੜਾ ਕਾਂਗਰਸ ਦਾ ਲੀਡਰ ਆਫ ਆਪੋਜੀਸ਼ਨ ਹੈਗਾ ਬਾਜਵਾ ਪ੍ਰਤਾਪ ਸਿੰਘ ਬਾਜਵਾ, ਕੀ ਉਹਦੇ ਮੁੰਡੇ ਬਾਰੇ ਕਿਹਾ ਸੀ ਤੁਸੀਂ ਫਿਲਮਾਂ ਬਣਾਉਂਦੇ ਜੀ ਫਲਾਣਾ, ਇਹ ਕੀ ਬੱਚਿਆਂ ਵਾਲੀਆਂ ਗੱਲਾਂ ਕਰਦੇ, ਕਿਹੜਾ ਦੁੱਧ ਧੋਤਾ ਜਦੋਂ ਤੇਰੇ ਲੋਕ ਪੋਤੜੇ ਫੋਲ ਦੇਣਗੇ, ਤੂੰ ਸੱਚਾ ਆ। ਇਹਨੂੰ ਚਾਹੀਦਾ ਹੈ ਕਿ ਵਿਰੋਧੀਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਕੰਮ ਲਵੇ, ਉਹਨਾਂ ਨੂੰ ਕੰਮ ਦੇਵੇ, ਪਿਆਹ ਕੰਮ ਕਰੋ, ਆਪਾਂ ਰਲ ਕੇ ਕੰਮ ਕਰੀਏ ਪੰਜਾਬ ਦਾ। ਠੀਕ ਹੈ ਸੱਤਾ ਸਾਡੇ ਕੋਲ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਅਸੀਂ ਬਿਲਕੁਲ ਬਿਲਕੁਲ ਨਿਹੱਥੇ ਕਰਕੇ ਸੁੱਟ ਦਿੱਤਾ ਕਿ ਤੁਹਾਡੇ ਸਾਨੂੰ ਕੋਈ ਲੋੜ ਹੀ ਨਹੀਂ, ਤੁਸੀਂ ਤਾਂ ਸਿਰਫ ਰੌਲਾ ਪਾਉਣ ਲਈ ਰੱਖਿਆ, ਇੰਝ ਨਹੀਂ ਹੈਗਾ। ਉਸ ਕਿਸਮ ਦੀ ਸਿਆਣਪੇ ਨੂੰ ਵਰਤਣੀ ਚਾਹੀਦੀ, ਪਰ ਇਹ ਤਾਂ ਜਦੋਂ ਜਿਹੜੇ ਵੱਡੇ ਮੁੱਖ ਲੀਡਰ ਆ, ਕਦੀ ਇਹ ਸੁਖਬੀਰ ਬਾਦਲ ਬਾਰੇ ਕਿੰਨਾ ਬੋਲਤਾ, ਉਹਨੇ ਵੀ ਇਹਨਾਂ ਦੇ ਉੱਤੇ ਡੈਫੇਮੇਸ਼ਨ ਦਾ ਕੇਸ ਕੀਤਾ ਹੋਇਆ, ਫਿਰ ਮਾਫ਼ੀ ਮੰਗ ਪਹਿਲਾਂ ਇੱਕ ਵਾਰੀ ਕੇਜਰੀਵਾਲ ਮੰਗਿਆ ਮਜੀਠੀਆ ਕੋਲੋਂ। ਇਹ ਜਿਹੜੀਆਂ ਗੱਲਾਂ ਹੈ ਨਾ ਨਿੱਜੀ ਕਰਨਾ ਔਰ ਲੋਕਾਂ ਨੂੰ ਤਾਲੀਆਂ ਵਜਾਉਣ ਦਾ ਪੁਰਾਣਾ ਕਿ ਗੜਵੇ ਵਾਂਗੂ ਮਾਂਜਦੇ ਅੱਗੇ, ਇਹ ਠੀਕ ਨਹੀਂ ਹੈ। ਮੇਰੇ ਮੂੰਹ 'ਚੋਂ ਕੁਛ ਹੋਰ ਨਿਕਲਣ ਲੱਗਾ ਸੀ, ਮੈਂ ਰੋਕ ਲਿਆ, ਪਰ ਇਹ ਜਿਹੜਾ ਜ਼ਿਆਦਾ ਮਜ਼ਾਹੀਆ ਇਸ ਕਿਸਮ ਦਾ ਨਾ ਮਸ਼ਕਰੇਬਾਜ਼ੀ, ਇਹਨੂੰ ਬੰਦ ਕਰਨਾ ਚਾਹੀਦਾ। ਇਹ ਇੱਕ ਉਸ ਕੁਰਸੀ ਦੇ ਲਈ ਬਿਲਕੁਲ ਸੋਭਦਾ ਨਹੀਂ ਹੈ। ਵਿਚਾਰਾਂ ਦੀ ਗੱਲ ਕਰੋ, ਪੰਜਾਬ ਦੇ ਵਿਕਾਸ ਦੀ ਗੱਲ ਕਰੋ, ਔਰ ਜਿਹੜਾ ਤੁਸੀਂ ਏਜੰਡਾ ਲੈ ਕੇ ਆਇਆ ਉਹ ਕਿੰਨਾ ਉਹਨੂੰ ਅਚੀਵ ਕਰ ਲਿਆ, ਕਿੱਥੇ ਕਿੱਥੇ ਕੀ ਦਿੱਕਤ ਹੈ, ਲੋਕਾਂ 'ਚ ਲੈ ਕੇ ਜਾਓ ਅਤੇ ਲੋਕਾਂ ਨੂੰ ਅਪੀਲ ਕਰੋ ਕਿ ਸਾਡਾ ਸਾਥ ਦਿਓ। ਕਦੀ ਕੋਈ ਇਹੋ ਜਿਹੀ ਗੱਲ ਹੀ ਐਵੇਂ ਮਤਲਬ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਤੁਸੀਂ ਲੋਕਾਂ ਦਾ, ਉਹ ਵੀ ਇੱਕ ਖਾਸ ਕੈਟੇਗਰੀ ਦਾ ਮਨੋਰੰਜਨ ਤਾਂ ਕਰ ਸਕਦੇ ਹਾਂ, ਪਰ ਪੰਜਾਬ ਨਾਲ ਕੀਤੇ ਵਾਅਦੇ ਕਦੀ ਉਹਦੇ ਵਿੱਚ ਤੁਸੀਂ ਪੂਰਾ ਤੌਰ 'ਤੇ ਨਹੀਂ ਉਤਰ ਸਕਦੇ। ਜੀ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਆਪਣੀ ਸਮਝ ਦੇ ਮੁਤਾਬਕ ਕੁਝ ਸਿਆਸਤ ਜਿਹੜੀ ਚੱਲ ਰਹੀ ਆ ਪੰਜਾਬ ਦੀ ਉਸ ਦੇ ਉੱਤੇ ਟਿੱਪਣੀਆਂ ਕੀਤੀਆਂ। ਤੁਸੀਂ ਇਹਨਾਂ ਮੁੱਦਿਆਂ ਬਾਰੇ ਖੁਦ ਕੀ ਸੋਚਦੇ ਸਮਝਦੇ ਹੋ, ਆਪਣੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ। ਫਿਲਹਾਲ ਇਸ ਮੁਲਾਕਾਤ 'ਚ ਇਹਨਾਂ ਹੀ, ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।